सत श्री अकाल जी। अज आ साडे व्लॉग का अठवां दिन ते युवराज ते जंगीत वेखो हजे तक सुते पए आ। जंगी बेल्ट लाई पई आ। मम्मी किवें लग रहा तेनू असीं वापस जाना अज? अज मेरा दिल बहुत दुखी। चलो कोई ना, असीं फेर आ जांगे। आ जा हुंदा वी आ गए। ਅੱਜ ਮੰਮੀ ਰੋਊਗੀ। ਰੋਊਗੀ ਤਾਂ ਹੁਣੀ ਰੋਣ ਲੱਗ ਗਈ। ਲੈ ਮੰਮੀ ਭਾਵੁਕ ਹੋ ਗਈ ਥੋੜੀ ਜੀ। ਹਾਂ ਚਲ ਕੋਈ ਨਾ, ਅਸੀਂ ਫੇਰ ਆ ਜਾਾਂਗੇ ਥੋੜੇ ਦਿਨਾਂ ਤੱਕ। ਹੁੰਦੇ ਨੇ ਤਾਂ ਚਾਹ ਹੁੰਦਾ, ਜਾਂਦੇ ਦਾ ਦਿਲ ਫੁੱਟਦਾ ਜੀ। ਵਾਪਸੀ ਕਰ ਲਈ ਆ, ਹੁਣ ਵਾਪਸ ਜਾਣ ਲੱਗੇ ਆ। ਨਵਨੀਤ ਰਾਣੇ ਸਮਾਨ ਚੱਕ ਲਿਆ ਤੇ ਸਾਡਾ ਉਹ ਸਵੀਟ ਕਮਰਾ ਫੇਰ ਅਸੀਂ ਛੱਡ ਕੇ ਵਾਪਸ ਚੱਲੇ ਆ ਆਪਣਾ ਲੁਧਿਆਣੇ ਨੂੰ। ਜੁਬੀ ਵੀ ਸੂਟ ਦੇ ਚੱਕੀ ਖੜਾ ਤੇ ਅੱਜ ਚੱਲਦੇ ਹੁਣ ਕਾਰ 'ਚ ਸਮਾਨ ਰੱਖਦੇ ਆ। ਆ ਦੇਖੋ ਯੂਵੀ ਕਿੰਨੀ ਕਾਲੀ ਆ, ਉਧਰੋਂ ਵੀ ਕਾਲੀ ਕਰਦਾ ਇਧਰੋਂ ਵੀ। ਆ ਮੰਮੀ, ਮੰਮੀ ਵੀ ਪਈ ਆ, ਦੇਖ ਬੈਲਟ ਲਾਈ ਆ ਜੀ। ਆ ਜੋ ਕਿਰਾ ਕਾਰ ਕਾਰ ਖੋਲਦੀ ਵੇ। ਲਓ ਜੀ, ਕਣਕ ਵੀ ਵਾਹਿਗੁਰੂ ਦੀ ਕਿਰਪਾ ਨਾਲ ਤੋਲੀ ਗਈ ਆ, ਬਸ ਬੋਰੀਆਂ ਨੂੰ ਸਿਉਂਈ ਜਾਂਦਾ ਬਾਈ। ਕਾਰ ਆਪਣੀ ਤਿਆਰ ਖੜੀ ਆ ਇਧਰੋਂ। ਨਵਨੀਤ ਸਮਾਨ ਟਕਾਈ ਜਾਂਦੀ ਆ। ਯੂਵੀ ਟਿਕਾਦਾ ਸਮਾਨ। ਆਹ ਦੇਖੋ, ਆਹ ਵੱਡਾ ਭਰਾ ਉਹਦੀ ਕਾਰ ਆ। ਤੁਹਾਨੂੰ ਮੈਂ ਆਪਦੀ ਕਾਰ ਦਿਖਾਉਣਾ ਜਦੋਂ ਮੈਂ ਯੂਨੀਵਰਸਿਟੀ ਹੁੰਦਾ ਸੀ। ਦੇਖੋ ਜੀ, ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਉਦੋਂ ਮੇਰੇ ਕੋਲ ਏਸੈਂਟ ਕਾਰ ਹੁੰਦੀ ਸੀ। ਆਹ ਦੇਖੋ, ਹੁਣ ਤਾਂ ਇਹ ਟਾਇਰਾਂ ਟੂਰਾਂ 'ਚ ਹਵਾ ਕੱਢੀ ਪਈ ਆ, ਚਲਾਉਂਦੇ ਸੀ ਇਹਨੂੰ। ਵੈਸੇ ਠੀਕ ਆ, ਅਤੇ ਕਿਉਂਕਿ ਮੈਂ ਉੱਥੇ ਚਲਾ ਗਿਆ ਫਿਰ ਮੇਰੇ ਕੋਲ ਆਹੀ ਕਾਰ ਲੈ ਕੇ ਗਿਆ ਇੰਡਸਟਰੀ, ਇਹ ਇੱਥੇ ਖੜੀ ਆ। ਫਿਰ ਬ੍ਰਦਰ ਉਹੀ ਕਾਰ ਚਲਾਉਂਦਾ, ਪਾਪਾ ਤਾਂ ਵੈਸੇ ਨਹੀਂ ਕਾਰ ਚਲਾਉਂਦੇ। ਸੋ ਇਹ ਬੜੀਆਂ ਯਾਦਾਂ ਜੁੜੀਆਂ ਕਾਰ ਦੇ ਨਾਲ ਵੀ। ਸੋ ਇਹ ਇੱਥੇ ਖੜੀ ਆ, ਇਹਦਾ ਵੀ ਬਸ ਕਰਵਾਉਣੇ ਆ, ਇਹਦਾ ਵੀ ਥੋੜ੍ਹਾ ਬਹੁਤਾ ਕੰਮ ਰਹਿੰਦਾ, ਬ੍ਰੇਕ ਬਰੂਕ ਹੀ ਆ, ਅਤੇ ਫਿਰ ਇਹ ਵੀ ਵਰਤਿਆ ਕਰਾਂਗੇ। ਦੇਖੋ ਜੀ ਕੀ ਕਰ ਗਿਆ, ਰੱਖੀ ਜਾਂਦੇ ਸਮਾਨ ਹੈਂ ਗੱਡੀ ਦੇ ਵਿੱਚ। ਇਹ ਕੋਈ ਨਹੀਂ, ਦੁੱਲਾ ਕਹਿੰਦਾ ਸੀ ਉਹ ਤੋਂ ਕਰਵਾ ਲਾਂਗੇ, ਜੋ ਵੈਕਿਊਮ ਨਾਲ ਹੋਊਗਾ ਇਹ। ਦੇਖੋ ਜੀ, ਰੱਖ ਲਿਆ ਸਮਾਨ, ਚੱਪਲਾਂ ਵੀ ਟਿਕਾ ਲਈਆਂ। ਜੁਬੀ ਪਿੱਛੇ ਹੋ ਜਾਓ। ਆਹ ਜਦੋਂ ਅਸੀਂ ਯੂਨੀਵਰਸਿਟੀ ਹੁੰਦੇ ਸਾਡੇ ਕੋਲ ਮੋਟਰਸਾਈਕਲ ਆ ਹੁੰਦਾ ਸੀ, ਆਹ ਵਾਲਾ ਸਪਲੈਂਡਰ। ਸਪਲੈਂਡਰ ਹਾਂ, ਸਾਹੀ ਚਿੱਠੀ ਦਿਖਾਈ ਖੋਲ ਕੇ ਮਾੜੇ ਜੀ, ਵਿਆਹ ਵਾਲੀ ਚਿੱਠੀ ਵੀ ਤੁਹਾਨੂੰ ਦਿਖਾ ਦਈਏ, ਕੱਢ ਕੇ ਦਿਖਾ। ਇਹ ਰਹਿ ਗਈ ਸੀ ਉਹ ਦਿਖਾਈ ਨਹੀਂ, ਪਹਿਲਾਂ ਇੱਥੇ ਹੀ ਪਈ ਸੀ ਸਾਹੀ ਚਿੱਠੀ, ਇਹਦੇ ਉੱਪਰ ਲਿਖਿਆ ਸੀ ਤਾਂ ਮਿਟ ਗਿਆ ਹਨਾ। ਹਾਂ ਇਹ ਮਿਟ ਗਿਆ, ਦੇਖੀ ਖੋਲ ਕੇ। ਆਹ ਦੇਖੋ, ਆਹ ਵੀ ਜੀ ਦਿਖਾ। ਹਾਂ ਦੇਖੋ, ਸਾਹੀ ਚਿੱਠੀ ਵਿਆਹ ਵੇਲੇ ਭੇਜਦੇ ਹੁੰਦੇ ਆ। ਹਾਂ ਮੰਮੀ ਆ ਗਏ ਇਧਰੋਂ, ਜੁਬੀ ਨੂੰ ਸ਼ਗਨ ਦੇਣ ਲੱਗੀ। ਲੈ ਇੰਨੇ ਪੈਸੇ, ਇੰਨੇ ਪੈਸੇ ਦਾ ਹੀ ਕਰੂੰਗਾ। ਚੱਲ ਚੱਲੀਏ, ਬਸ ਕੁਛ ਰਹਿਤਾ ਨਹੀਂ ਅੰਦਰ। ਚੱਲ ਇਹ ਤਾਂ ਹੁਣ ਬੋਰੀਆਂ ਦਾ ਵੀ ਹੈ ਨਾ, ਸਾਰੀਆਂ ਸਿਉਂਤੀਆਂ ਗਈਆਂ, ਤੋਲ ਲਾ ਕੇ ਤਾਰੇ ਤੁਲ ਗਿਆ ਵੀ ਹੈ ਨਾ। ਲਓ ਜੀ, ਅੱਜ ਹੁਣ ਬੋਰੀਆਂ ਚੱਕੀਆਂ ਜਾਣੀਆਂ, ਵਿਹੜਾ ਖਾਲੀ ਹੋ ਜੂਗਾ, ਕਣਕ ਦੀ ਭਰਾਈ ਹੋ ਗਈ ਸਾਰੀ। ਜਦੋਂ ਹੋ ਗਈ ਮੰਮੀ ਠੀਕ ਆ ਜਾਇਓ ਹੁਣ। ਪਾਪੇ ਨੂੰ ਮੈਂ ਕਿਹਾ ਵੀ ਕਾਰ 'ਤੇ ਆ ਜਾਓ, ਦੋ ਚਾਰ ਦਿਨ ਪੰਜ ਦਿਨ। ਚੰਗਾ ਮੰਮੀ, ਆਹ ਭਾਵਕ ਹੋ ਜਾਂਦੀ ਨਾਲ ਨਾਲ। ਕੋਈ ਨਹੀਂ, ਹੁਣ ਠੀਕ ਹੋ ਜਾਣਾ, ਫਿਰ ਉੱਥੇ ਆ ਜਾਣਾ।
ਨਹੀਂ ਹੈ ਯਾਰ ਰੱਖਿਆ ਨੇ ਆ ਅਜਾ ਸਮਾਨ ਰੱਖਦੇ ਆ ਮੈਂ ਕੀ ਚੋਰੀ ਕਿਤੇ ਭੱਜ ਜਾਣਾ ਨਹੀਂ ਨਹੀਂ ਆ ਸੀਰ ਤੋਰੀ ਆ ਗਏ ਆ ਕੋਈ ਨਾ ਚਲੋ ਵੀ ਚੰਗਾ ਚੰਗਾ ਸਾਰਿਆਂ ਨੂੰ ਮੰਮੀ ਵੀ ਬੈਠੀ ਹਾਲ ਰੋਈ ਜਾਂਦੀ ਹੈ ਇਹਦਾ ਵੀ ਜੀ ਨਹੀਂ ਲੱਗਣਾ ਹੁਣ ਨਵਨੀਤ ਵੀ ਖੜੀ ਹੈ ਜੀ ਬਾਏ ਕਰ ਦਿਓ ਯੂ ਵੀ ਸਾਰਿਆਂ ਨੂੰ ਗੁਰਫਤਿਹ ਬਾਏ ਆ ਖੜੇ ਦੋਵੇਂ ਜਣੇ ਨਾਲੇ ਆਲੇ ਸੌ ਗਿਆ ਇਹ ਉੱਠ ਕੇ ਆ ਗਿਆ ਫਿਰ ਬਾਏ ਬਾਏ चल पे घर वाल वेखो यूवी ने मेरी सीट रोक ली अगे दोने बह गए की कुछ गिया कि नक च जिंदगी गर्मी ਗੱਡੀਆਂ ਵਾਲੇ ਬਣਜਾਰੇ ਜਿਨ੍ਹਾਂ ਨੂੰ ਕਹਿੰਦੇ ਕਈ ਹਨਾ ਘਰ ਦੇ ਕੋਲ ਹੀ ਬੈਠੇ ਆਪਣੇ ਇੱਧਰ ਹਨਾ ਮੇਰੇ ਪਿੰਡ ਦੀਆਂ ਭੀੜੀਆਂ ਗਲੀਆਂ ਥਾਂ ਥਾਂ ਦਿਸਦੇ ਖੱਡੇ ਪੂਜਾ ਕਿਵੇਂ ਆ ਕੀ ਕਰਦੀ ਸੀ ਪੂਜਾ ਕੌਣ ਆ ਗਾਣਾ ਸ਼ੈਰੀ ਵਾਣੇ ਤਰ੍ਹਾਂ ਅੱਛਾ ਤੇਰਾ ਪਿਆਰਾ ਸਕੂਲ ਆ ਗਿਆ ਅਸੀਂ ਜਾਣ ਲੱਗੇ ਨੇ ਬਾਏ ਕਰ ਦਿੰਨੇ ਆ ਸਲਾਮ ਆ ਸਕੂਲ ਨੂੰ ਜਿੱਥੋਂ ਇੰਨੀ ਹਨਾ ਵਿਦਿਆ ਲਈ ਆ ਵਾਹਿਗੁਰੂ ਦੀ ਕਿਰਪਾ ਨਾਲ ਪੜ੍ਹੇ ਆ ਇੱਥੇ लो जी असि अज तक कोटकपुरे पहुंचे बस स्टैंड को यूवी नूं देखगे लेज तुहानूं मैं दिखाउणा मम्मा नूं भेजता इहने उधर नूं ओह देखो शॉप ते भई लेज लिआओ मैं इधर कार च बैठा रोड ते मम्मा ये गई है लेज लैन जू भी की लैन गए मम्मा दस इधर मूह करके यूवी ना दादी ने ये दिता 500 रुपया शगन ते भाद ही बन गई भी हुण मेरे जेडे पैसे है मैं कोई ए ना होवे किते होर चले जाना मैं खा ला कुछ ना कुछ चीजी लैके है ना यूवी बीबी ने की कहा सी बी चीजी लैन लई पैसे दिते तेनू चलो बई आ जा हुण पुत बह जा आराम नाल देखो जी ये कोटकपुरा आ गया मुकसर तो बाद इधर कोटकपुरा आता इस बाद आऊगा बाघा पुराना फिर आऊगा मोगा फिर आऊगा जगराऊ फिर मुलापुर आऊगा जी लुधियाने के नाल बिल्कुल देखो करोना करके ट्रैफिक का थोड़ा जहा फर्क आ नहीं तो इतने तो लंघिया नहीं जाना बहुत ज्यादा भीड़ होंगी आ गई नवनीत भी समान लिया गए जुबी लई आई मास्क लाई की लैके आता चलो सही है चलो जी हुण यूवी ने कर देना चलो जी हुण चलदे आ फिर लो जी नवनीत अज कुट्टन लगी आ चटनी धनिया दी चटनी आ देख लो पिंडों आ गए सी चटनी कुट्टन लगे आ दाल बना ली उधर यूवी आपका टीवी देखी जाता यूवी भी चटनी खान लग पाया हाँ लगभग पौने 7 हो चुके बी टमाटर पिंडो असि आ गए नवनीत ने हम चटनी कुटन का फैसला किया सब्जी बन गई सब्जी आलू पकौड़े बनाए सब्जी बनाई आलू पकौड़े
ਕੀ ਬਾਤ ਹੈ ਜੀ ਆਲੂ ਪਕੌੜੇ ਇਹਨਾਂ ਨੂੰ ਜਗਵੀਰ ਨੂੰ ਬਹੁਤ ਪਸੰਦ ਆਣਾ ਚਟਨੀ ਚਟਨੀ ਖਾਈ ਜਾ ਬਈ ਮੰਮੀ ਤਾਂ ਸਾਡੀ ਚਟਨੀ ਮੁੱਕਣ ਨਹੀਂ ਦਿੰਦੇਗੇ ਆਪਾਂ ਵੀ ਰੋਟੀ ਨਹੀਂ ਖਾਣਾ ਚਟਨੀ ਤੋਂ ਬਿਨਾਂ ਜੇ ਤੇ ਮੇਰੇ ਭੈਣ ਭਰਾਵੋ ਚਟਨੀ ਦੇ ਬਹੁਤ ਸਾਰੇ ਲਾਭ ਨੇ ਜੇਕਰ ਕਿਸੇ ਵਕਤ ਤੁਸੀਂ ਦਾਲ ਸਬਜ਼ੀ ਨਾ ਬਣਾਈ ਹੋਵੇ ਤਾਂ ਚਟਨੀ ਖਾ ਕੇ ਰੋਟੀ ਖਾ ਸਕਦੇ ਹੋ ਨਹੀਂ ਚਟਨੀ ਨਾਲ ਰੋਟੀ ਖਾ ਸਕਦੇ ਹੋ ਹਾਂ ਧਨੀਏ ਦੇ ਬਹੁਤ ਫਾਇਦੇ ਆ ਧਨੀਆ ਜ਼ਰੂਰ ਖਾਣਾ ਚਾਹੀਦਾ ਇਹ ਦਵਾਈ ਦੇ ਤੌਰ ਤੇ ਵਰਤੇ ਲੋਕੋ ਵੈਸੇ ਆਪਾਂ ਜਿਹੜੀਆਂ ਪੰਜਾਬੀ ਰਸੋਈ ਹਨ ਇਹ ਜਿਹੜਾ ਵੀ ਖਾਣਾ ਦਾਣਾ ਹੁੰਦਾ ਉਹ ਪੁਰਾਣੇ ਸਮੇਂ ਤੋਂ ਜਿਹੜੇ ਲੋਕ ਵਰਤਦੇ ਜਿਵੇਂ ਹੁਣ ਲਸਣ ਹੋ ਗਿਆ ਲਸਣ ਕਿੰਨਾ ਬੈਨੀਫੀਸ਼ੀਅਲ ਆ ਹਨ ਉਹ ਦਵਾਈਆਂ ਹੀ ਇੱਕ ਹਿਸਾਬ ਦੀਆਂ ਔਸ਼ਧੀਆਂ ਹੀ ਵਰਤ ਰਹੇ ਆ ਲੋਕ ਉਵੇਂ ਫਿਰ ਆਵਾਜ਼ ਚੱਲਿਆ ਆਉਂਦਾ ਵੀ ਸਬਜ਼ੀ ਜਗਲਾ ਲਸਣ ਪਾ ਲੈਣਾ ਕੋਈ ਸਵਾਦ ਤਾਂ ਨਹੀਂ ਹੋਣਾ ਕੁੰਡਾ ਵੀ ਆ ਤੇ ਘੋਟਾ ਵੀ ਆ ਹਾਂ ਕੁੰਡਾ ਘੋਟਾ ਇਹ ਚਟਨੀ ਕੁੱਟਣ ਦੇ ਕੰਮ ਵੀ ਆਉਂਦਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਇਹ ਨੀਤੂ ਵਿੱਚ ਜੇ ਮੰਨ ਲਓ ਇਹ ਸ਼ਰਾਰਤ ਕਰੇ ਕੋਈ ਇਹਨੂੰ ਫੈਂਟਿਆ ਜਾ ਸਕਦਾ ਇਹਦੇ ਨਾਲ ਹਾਂ ਘੋਟੇ ਦੇ ਨਾਲ ਘੋਟਣਾ ਜਿਹਨੂੰ ਕਹਿੰਦੇ ਆ ਘੋਟਣੇ ਦੇ ਨਾਲ ਇਹਨੂੰ ਸਿੱਧਾ ਕੀਤਾ ਜਾ ਸਕਦਾ ਜੇ ਵਿੰਗੀ ਹੋ ਜੇ ਤਾਂ ਮੈਂ ਤਾਂ ਨਾ ਲਈ ਯੂ ਵੀ ਨਹੀਂ ਨਾਤਾ ਹਜੇ ਤੱਕ ਆ ਕੇ ਜੁਮੀਤ ਵੀ ਨਹੀਂ ਨਾਤਾ ਦੋਵੇਂ ਜਣੇ ਨਾਉਣ ਤੋਂ ਰਹਿੰਦੇ ਆ ਇਹ ਨਾਵਾਂਗੇ ਪਹਿਲਾਂ ਚਟਨੀ ਦਾ ਕੁੱਟ ਲਈਏ ਚਟਨੀ ਦੇ ਵਿੱਚ ਪਾ ਲੋ ਦਹੀਂ ਮੰਮੀ ਖਾਈ ਸੀ ਕਹਿੰਦੀ ਦਹੀਂ ਪਾ ਕੇ ਐ ਇਹ ਪਹਿਲਾਂ ਦਹੀਂ ਨਹੀਂ ਪਾਉਂਦੀ ਸੀ ਹੁਣ ਮੰਮੀ ਨੇ ਕਹਿੰਦੀ ਦਹੀਂ ਪਾਉਣੀ ਆ ਪਹਿਲਾਂ ਹਰੀਆਂ ਮਿਰਚਾਂ ਇਹ ਹਰੀਆਂ ਮਿਰਚਾਂ ਹਾਂ ਹਰੀਆਂ ਮਿਰਚਾਂ ਦਹੀਂ ਮੰਮੀ ਦਾ ਲੱਸੀ ਵੀ ਪਾ ਲੈਂਦੀ ਆ ਸਹੀ ਆ ਹਾਂ ਮੰਮੀ ਦਾ ਇਹ ਵੀ ਕਮੀ ਕਰ ਸਕਦੀ ਹੋਈ ਨਾ ਕੋਈ ਨਹੀਂ ਲਓ ਜੀ ਇਹਨੇ ਪੂਰੇ ਆਪਦਾ ਪੰਡਾਲ ਲਾਇਆ ਵਿਆਹ ਵੇਖੋ ਵੀ ਵਾਰੀ ਵਾਰੀ ਉੱਠਣਾ ਨਾ ਪਵੇ ਆਵੇ ਥੱਲੇ ਨੇ ਉਹ ਵੀ ਵਿਛਾਈ ਆ ਪੱਲੀ ਜੀ ਪੱਲੀ ਵੀ ਪੂਰੀ ਕੱਟਾ ਏ ਗੱਟੂ ਗੱਟੂ ਸਾਡਾ ਗੱਟੂ ਹੁੰਦਾ ਇਹ ਹੈਗਾ ਜੂਰੀ ਵਾਲਾ ਗੱਟਾ ਗੱਟਾ ਹੁੰਦਾ ਲਓ ਜੀ ਇਹ ਤਾਂ ਕੁੱਟੀ ਜਾਊਗੀ ਚੂਰੀ ਹੁਣ ਚੂਰੀ ਕਹੀ ਨਾ ਦੱਚੋ ਅੱਜ ਜਵਾਨ ਹੋਰ ਪਾਸੇ ਉਲਟੇ ਚੂਰੀ ਨਹੀਂ ਚਟਨੀ ਵਾਹ ਜੀ ਵਾਹ ਚਲੋ ਠੀਕ ਆ ਜੀ ਸੋ ਜੀ ਅੱਜ ਦੇ ਵਲੌਗ ਤੁਸੀਂ ਦੇਖਿਆ ਕਿ ਅਸੀਂ ਘਰੋਂ ਵਾਪਸ ਆ ਗਏ ਇੱਥੇ ਫਿਰ ਆ ਕੇ ਚਟਨੀ ਕੁੱਟੀ ਰੋਟੀ ਪਾਣੀ ਛਕ ਲਿਆ ਤੇ ਜੂਬੀ ਨੇ ਪਿੰਡ ਖੂਬ ਇੰਜੋਏ ਕੀਤਾ ਸੀਰਤ ਹੋਰਾਂ ਨਾਲ ਖੇਡਿਆ ਗੁਰਫਤਿਹ ਨਾਲ ਖੇਡਿਆ ਤੇ ਕਣਕ ਤੋਲਦੇ ਸੀ ਉੱਥੇ ਬੋਰੀਆਂ ਤੇ ਖੂਬ ਨੱਚਿਆ ਟੱਪਿਆ ਤੁਸੀਂ ਦੇਖਿਆ ਹਨਾ ਸੋ ਹੁਣ ਜੂਬੀ ਜੀ ਲੱਗ ਗਿਆ ਕਿ ਘਰੋਂ ਤੇ ਕਿਹਨੂੰ ਮਿਸ ਕਰਦਾ ਦੱਸਦੇ ਬੀਬੀ ਨੇ ਬੀਬੀ ਪਾਪਾ ਹਨਾ ਸਾਰਿਆਂ ਨੂੰ ਦਾਦੂ ਕੀ ਬਣਾ ਕੇ ਦਿੱਤਾ ਤੈਨੂੰ ਐਤਕੀ ਬੀਬੀ ਨੇ ਕੀ ਨਹੀਂ ਬਣਾ ਕੇ ਦਿੱਤਾ ਕੀ ਕਹਦਾ ਸੀ ਤੂੰ ਬੀਬੀ ਨੂੰ ਕੀ ਨਹੀਂ ਬਣਾ ਕੇ ਦਿੱਤਾ ਤੰਦੂਰ ਦੀਆਂ ਰੋਟੀਆਂ ਤੰਦੂਰ ਦੀਆਂ ਰੋਟੀਆਂ ਨਹੀਂ ਬਣਾਈਆਂ ਕਿਉਂ ਬਿਮਾਰ ਸੀ ਬੀਬੀ ਬੀਬੀ ਦਾ ਵੀ ਮੰਮੀ ਦੇ ਥੋੜਾ ਜਿਹਾ ਗੋਡੇ ਦੁਖਦੇ ਆ ਥੋੜਾ ਜਿਹਾ ਲੱਤ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਤਾਂ ਕਰਕੇ ਉਹਨਾਂ ਨੇ ਐਤਕੀ ਰੋਟੀ ਨਹੀਂ ਬਣਾਈ ਦਵਾਈ ਵੀ ਲੈ ਕੇ ਆਂਦੇ ਹੁਣ ਅੱਗੇ ਉਹ ਠੀਕ ਹੋ ਰਹੇ ਆ ਸੋ ਜਦੋਂ ਅਗਲੀ ਵਾਰੀ ਕਿ ਬੀਬੀ ਆਣੀ ਸੀ ਉਦੋਂ ਬਣਾ ਕੇ ਦੇਵਾਂਗੇ ਠੀਕ ਹੈ ਜੀ ਸੋ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਜੂਵੀ ਹੁਣ ਭੱਜੂ ਭੱਜੂ ਕਰ ਰਿਹਾ ਤੇ ਯੂਵੀ ਦੇ ਵਲੌਗ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਜੇ ਜੂਵੀ ਨੇ ਤੁਹਾਨੂੰ ਜੂਵੀ ਵਧੀਆ ਲੱਗਦਾ ਬੋਲਦਾ ਤਾਂ ਇਹਦਾ ਖੁਦ ਦਾ ਆਪਣਾ ਚੈਨਲ ਹੈ ਇੰਡੀਅਨ ਸਮਾਲੈਸਟ ਵਲੌਗਰ ਤੁਸੀਂ ਉਹਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਸਾਨੂੰ ਸਾਰੇ ਕਹਿੰਦੇ ਸੀ ਕਿ ਯੂਵੀ ਦੀਆਂ ਵੀਡੀਓਜ਼ ਪਾਇਆ ਕਰੋ ਸੋ ਅਸੀਂ ਇਹਦਾ ਅਲੱਗ ਤੋਂ ਚੈਨਲ ਬਣਾਤਾ ਉਹ ਤੇ ਇੰਨੀ ਵੀਡੀਓ ਹੁੰਦੀ ਹੈ ਇਕੱਲੇ ਦੀ ਗੱਲ ਸੁਣੋ ਜੂਵੀ ਦੀ ਹੈਗਾ ਤੁਸੀਂ ਮੇਰੇ ਚੈਨਲ ਤੇ ਨਾ ਇੱਕ ਵਾਰੀ 8 ਸਬਸਕ੍ਰਾਈਬਰ ਕਰ ਦਿਓ ਤੇ ਫਿਰ ਕੀ ਮਿਲੂਗਾ ਯੂਵੀ ਨੂੰ ਲਓ ਵੀ ਇਹਦੀ ਇਹ ਗੁਗਲੂ ਮੁਗਲੂ ਦੀ ਸਾਰੀ ਗੱਲ ਮੰਨੋ ਇਹਦਾ ਇਹਦਾ ਵੀ ਚੈਨਲ ਸਬਸਕ੍ਰਾਈਬ ਕਰੋ ਲਿੰਕ ਆਪਾਂ ਕਮੈਂਟ ਹੀ ਦੇ ਦਾਂਗੇ ਉੱਥੇ ਨਾ ਨੀਚੇ ਕਮੈਂਟ ਪਿਨ ਕਰ ਦਾਂਗੇ ਸੋ ਜੂਵੀ ਦਾ ਚੈਨਲ ਕਰੋ ਹਾਂ ਡਿਸਕ੍ਰਿਪਸ਼ਨ ਚ ਵੀ ਦੇ ਜੂਵੀ ਦਾ ਚੈਨਲ ਕਰੋ ਸਬਸਕ੍ਰਾਈਬ ਤੇ ਇੱਕ ਕੰਮ ਤੁਸੀਂ ਜ਼ਰੂਰ ਕਰਨਾ ਇੱਕ ਕੰਮ ਜ਼ਰੂਰ ਕਰਨਾ ਸਾਡੇ ਹੱਥਾਂ ਲੈ ਲਓ ਇਹ ਘੰਟੇ ਦਾ ਬਟਨ ਵੀ ਵਜਾ ਦਿਓ ਘੰਟੀ ਦਾ ਬਟਨ ਵਜਾ ਦਿਓ ਤੇ ਉੱਥੇ ਜੂਵੀ ਦੀਆਂ ਉੱਥੇ ਜੂਵੀ ਵੀ ਹਰ ਰੋਜ਼ ਵੀਡੀਓਜ਼ ਲੈ ਕੇ ਆਉਂਦਾ ਰਹਿੰਦਾ ਸੋ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਜੂਵੀ ਬਿਲਕੁਲ ਪੂਸਰ ਚੁੱਕਿਆ ਹੁਣ ਤੇ ਜੂਵੀ ਕਰਦੇ ਗੱਲ ਖਤਮ ਜੂਵੀ ਕਰਦੇ ਗੱਲ ਨਹੀਂ ਤੁਸੀਂ ਹੋਰ ਵੀਡੀਓ ਨਾ ਨਹੀਂ ਬੋਤਲ ਨਹੀਂ ਇਹਦੀਆਂ ਅੱਜ ਦੇ ਆਪਣੀਆਂ ਜਿਹੜੀ ਵੀਡੀਓ ਇਹ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਇਹਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਇਹ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਇਹ ਵਲੌਗ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਦਾ ਜਿਹੜਾ ਲਿੰਕ ਦਾ ਬਟਨ ਆ ਤੇ ਯੂ ਬ੍ਰਾਂਡ ਨੂੰ ਤਾਂ ਅਜਾਗਰ ਨਵਨੀਤ ਕਰ ਨੂੰ ਤਾਂ ਅਜਾਗਰ ਪਾਪਾ ਸਿੰਘ ਨੂੰ ਤਾਂ ਅਜਾਗਰ ਪਾਪਾ ਸਿੰਘ ਨੂੰ ਤਾਂ ਅਜਾਗਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇ ਚੈਨਲ ਸਬਸਕ੍ਰਾਈਬ ਕਰ ਲਓ ਜੀ